सतनाम वाहि गृ सतनाम वाहि गृ सत्नाम वाहि गृ साहि गृ सत्म वाहि गृ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੂਦਰ ਰਾਗ ਆਸਾ ਮਹਿਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੂਦਰ تیਰਾ ਕਿਹਾ ਸੂ ਘਰ ਕਿਹਾ ਜਿਤ ਬੈ ਸਰਬ ਸਮਾਲੀ ਵਾਜੇ ਤੇਰੇ ਨਾਦ ਨੇਕ ਸੰਖਾਂ ਕੀਤੇ ਤੇਰੇ ਵਾਵਣਹਾਰੀ ਕੀਤੇ ਤੇਰੇ ਰਾਗ ਪ੍ਰੀសុਕੀਏ ਹੈ ਕੀਤੇ ਤੇਰੇ ਗਾਵਣਹਾਰੀ ਗਾਵਨ ਤੁਧਨੋ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਤਰਮ ਦੁਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਤਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀਸ ਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪ੍ਰੰਡ ਖਿਸਰ ਝੁਕ ਝੁਕ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਣੀਆਂ ਮਨਮੋਹਨ ਸੁਰਗ ਮਚ ਪਿਆਲੇ ਗਾਵੰਤ ਤੁਧਨੋ ਰਤਨ ਪਾਈ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਜੋਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੀ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਦਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਣ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਫਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦਿਖੈ ਕੀਤਾ ਆਪਣਾ ਜੋ ਤਸਦੀਬ ਵੜਾਈ ਜੋਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹ ਇਨਾਨ ਕ੍ਰਹਿਣ ਜਾਈ ਅਸਾ ਮਹਿਲਾ ਬਹਿਲਾ ਸੁਣ ਵੱਡਾ ਆਖੇ ਸਭ ਕੋਈ ਕੀ ਵੱਡ ਵੱਡਾ ਢਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੀ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵੜਚੀਰਾ ਰਹਾਉ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਧਾਂ ਪ੍ਰਖਾਂਕੀਆਂ ਵਡਿਆਈਆਂ ਤੁਧ ਵਣ ਸਦੀ ਕੀ ਨਾ ਪਾਈਆਂ ਕਰਮ ਮਿਲੈ ਨਾਹੀ ਠਾਕ ਰਹਈਆ ਖਣ ਵਾਲਾ ਕਿਆ ਵਿਚਾਰਾ ਸਿੱਕਤੀ ਪਰੇ ਤੇਰੀ ਭੰਡਾਰਾ ਜਿਸ ਤੂੰ ਦੇਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਹੱਸਾ ਮਹਿਲਾ ਬਹਿਲਾ ਅੱਖਾਂ ਜੀਵਾਂ ਵਿਸਰੈ ਮਰ ਜਾਉ ਆਖਣਿ ਔਖਾ ਸਚਨਾਉ ਸਚਨਾਮ ਕੀ ਲਾਗੇ ਭੂਕ ਭੁੱਖੇ ਖਾਈ ਚਲੀਐ ਦੁਖ ਸੋਗ ਕਿਉ ਵਿਸਰੈ ਮੇਰੀ ਮਾਏ ਸਚਾ ਸਾਹਿਬ ਸਚ ਨਾਹੀ ਰਹਾਉ ਸਚ ਨਾਮ ਕੀ ਤਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੈ ਨਾ ਚੁਕੇ ਭੂਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੁਵਾ ਨਾ ਕੋ ਹੋਏ ਜੀਵੜਿਆ ਤੇ ਬਿੜ ਤੇਰੀ ਦਾਤ ਜਿਨੇ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜਿਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋ ਕਰੂੰ ਗੁਰੂ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵਿਭਾਗ ਵਡੇ ਰੇ ਜਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਸਿੰਗਤ ਗੁਣ ਪਰਗਾ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਉ ਭਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੁਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੁਖੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭੋਗ ਕਰਿਆ ਉਡੇ ਊਡ ਆਵੈ ਸੈ ਕੁਸਾ ਇਸ ਪਾਛੇ ਬਤਰੀ ਚਰਿਆ ਤਿਨ ਕਮਣ ਖਲਾਵੈ ਕਮਣ ਚੁਗਾਵੈ ਮਨ ਮੈ ਸਿਮਰਨ ਕਰਿਆ ਸਭ ਨਿਧਾਨ ਦਸਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲ ਜਾਈਐ ਤੇਰੰਤ ਨ ਪਰਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪ੍ਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਜੋ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੀਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕੜੇ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਕ ਸਮਾਨਾ ਇੱਕ ਦਾ ਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਆਖਿ ਬਖਾਣਾ ਜੋ ਸੀ ਵਹਿ ਜੋ ਸੀ ਵੰਤ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤਿਆਮੈ ਹਰਿ ਤਿਆਮੈ ਤਦ ਜੀ ਸੇ ਜਨ ਚੁਕ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਧਾਇਆ ਜੀ ਤਿਨ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤਿਨ ਕਾ ਭਉ ਸਭ ਗੁਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ 세탄 세탄 진하르 ਧਿਆਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੇ ਅਨਿਕ ਤੇਰੇ ਅਨਿਕ ਕਰੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਾਇ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟਕਰਮ ਕਰਨਤਾ ਸਹੀ ਭਗਤ ਸਹੀ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੁ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੀਵੜਾ ਵਰਨਾ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਇੱਕੋ ਜੀ ਤੂੰ ਨੈਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੈ ਸੋਈ ਤੁਦਾ ਪੇ ਸ੍ਰਿਜ ਸਭ ਉਪਾਈ ਜੀ ਤੁਦਾ ਪੇ ਸ੍ਰਿਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਮੈ ਲਾ ਚੁਥਾ ਤੂ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂ ਭਾਵੈ ਸੋਈ ਥਿਸੀ ਜੋ ਤੂ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋਂ ਕਿਰਪਾ ਗ੍ਰਹਿ ਤਿਨ ਨਾਮ ਰਤਨ ਪਾਇਆ ਗੁਰਮਖ ਲਾਧਾ ਮਨੁ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੀ ਤੁਝ ਬਿਨ ਦੁਜਾ ਕੋਈ ਨਾਹੀ ਜੇ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖੁ ਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਤਉ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਦ ਬਿਨ ਦੁਜਾ ਅਵਰਨਾ ਕੋਈ ਤੂ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰ ਵਰੜੈ ਪਹਿਲੇ ਨਿਵਾਸ ਸਾ ਪਾਣੀ ਪਾਵਕ ਤਨ ਕੀਆ ਪੰਕਜ ਮੋਹ ਪਗਨੀ ਚਾਲੈ ਹਮ ਦੇਖਾਂ ਤੈਨੂੰ ਬਿਏਲੇ ਮਨ ਏਕਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਉ ਜਤੀ ਸਤੀ ਨੇ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਨੁਤ ਨਾਨਕ ਤਿਨ ਕੀ ਸ਼ਰਣਾ ਜਿਨ ਤੁ ਨਾਹੀ ਵਿਸਰਿਆ ਸਾਮਹਿਲਾ ਪੰਜੇ ਵਾਂ ਪਈ ਪ੍ਰਾਪਤ ਮਾਨੁਗ ਦੇਹੁ ਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਔਰ ਕਾਇ ਤਿਰ ਕੀ ਤਨ ਕਾਂ ਮਿਲ ਸਾਧ ਸੰਗਤ ਵਿੱਚ ਕੇਵਲ ਨਾਮ ਸ੍ਰਿੰਜਾਮ ਲਾਗ ਪਵਜਲ ਤ੍ਰਣ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਣਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ कभी बिन बेन्ती चौपई हमरी क्रोहा तय रच्छा पूर्ण होए चित की इच्छा तब चनन मन रह हमारा अपना जान क्रो प्रतारा हमरे दुष्ट तुम का बहु आफा तय मुहे बचा बहु सुखी बसे मोरू पर सेवक सिख सब कर तारा मोर छानिज कर दे करिय सब वैरन को आज संगरिय पूरण होए हमारी आसा तोर भजन की रह प्यासा तुम्हें छाड़ कोई न त्याऊं जो वर चहू सो तुम ते पाऊं सेवक सिख हमारे तारी है चुन चुन सत्र हमारे मारी है आफात दे मुझे बरिय मरण काल का त्रासन वरिय हूं जो सदा हमारे पछा ਸ੍ਰੀ ਅਸ ਤੁਜ ਜੂ ਕਰਿਓ ਰਛਾ ਰਖ ਲਿਓ ਮੇਰਾ ਕਨਹਾਰੀ ਸਾਹਿਬ ਸੰਤ ਹੈ ਪਿਆਰੀ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਦਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰਵਸਨ ਪ੍ਰਕਾਸ਼ਾ ਸਕਲ ਕਾਲ ਕਾ ਕਿਆ ਆਤਮਾ ਸਾ जमन काल जोगी शिव की ओ बेदरा ब्रह्मा जूथी ओ जमन काल सब लोग नमस्कार है ताय हमारा जमन काल सब जगत बनायो दे उपजायो आद अंत एक अवतारा सोई गुरु समझियो हमारा नमस्कार तिही को हमारी सकल प्रजा जने आप सवारी शिवकन को शिव गुण सुख दियो सतरन को पलमोवदकी हो ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਥੂਲਾ ਸਭ ਪਰ ਕਿਰਪਾ ਧਿਸ਼ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟਕਟ ਕੇ ਪਟਪਟ ਕੀ ਜਾਣੈ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇ ਅਪਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਤਿਰਸਬ ਹੂੰ ਜੀਤੇ ਬਦਨ ਸੇ ਸਭ ਧਾਰੈ ਆਪ ਆਪਨੀ ਬੂਝੁ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਨੀ ਲਨਾਦ ਸੰਭ ਤਾ ਕਾ ਮੂੜ ਚਾਰਤ ਪੀਦਾ ਜਾ ਕੋ ਪੀਵਨ ਪਾਪਤ ਬੀਦਾ ਤਾ ਕੋ ਕਿਰਪਾਹਨ ਅਨਮਾਨਤ ਮਾ ਮੂੜ ਕਿਛ ਪੀਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਭਿਵ ਆਪ ਆਪਣੀ ਬੁਧੈ ਜੇਤੀ ਬਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਨ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਟੰਕ ਭਇਓ ਰਾਵ ਕਹੀ ਭੂਪਾ ਅੰਜ ਜੀਰਜ ਸੇਤਜ ਕੀਨੀ अद्भुज खान बखर रचदीनी कौन फूल राजा हम बैठा कौन सिमट फुल शंकर सगरी सृज दिखाए चंबवाद जुगा रूप स्वयंभव भव अब रक्षा मेरी तुम करो सिख बार सिख संग्रो दुष्ट जिते उठवत उत्पाता सकल मलेश करो रणघाता जे असदुज तब शरणी परे ਤਿਨਕੇ ਦੁਸ਼ਟ ਦੁਖਤ ਹਬ ਮਰੇ ਪ੍ਰੁਖਜਨ ਪਗ ਪ੍ਰੀਤਿ ਹਾਰੀ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਕੇ ਕਾਲ ਨਿਕਟ ਨਹ ਆਏ ਹੈ ਰਚਾ ਤਾਹੀ ਸਬ ਕਾਲਾ ਦੁਸ਼ਟ ਅਰਿਸ਼ਟ ਨੇ ਤਤ ਕਾਲਾ ਕਿਰਪਾ ਦਿਸਤ ਨ ਜਾਏ ਨ ਹਰ ਹੂੰ ਤਾਕੇ ਤਾਪ ਤਨਕ ਮੋ ਹਰ ਹੂੰ ਰਿੱਧ ਸਿਧ ਕਰਮੋ ਸੁਭ ਹੋਈ ਦੁਸ਼ਟ ਛਾਚ ਵਸਕੇ ਨ ਕੋਈ ਇਕ ਬਾਰ ਜਨਤ ਮਹਿ ਸੰਭਾਰਾ ਕਾਲ ਫਾਂਸਤੀ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮਹਿ ਸਰਣ ਤਿਹਾਰੀ ਆਫਾਤ ਦੇ ਲਿਹੋ ਉਬਾਰੀ ਸਰਬ ਠੋਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਬਈਆ ਪਾਏ ਗਏ ਜਪਤੇ ਤੁਮਰੇ ਤਬ ਤੇ ਕੋ ਵਾਕ ਤੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮਤ ਇਕ ਨਾਮ ਮੰਨਿਓ ਸਿਮਰਤ ਸਾਸਤ੍ਰ ਵੇਦ ਸਭ ਹੈ ਬੁਬੇਦ ਕਹ ਹੈ ਮੈਂ ਇਕ ਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿ ਦੋਹਰਾ ਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਬਾਹੇ ਗਏ ਕੇ ਲਾਜ ਅਸ ਗੋਵਿੰਦ ਦਾਸ ਤੁਹਾਰ रामਕਲੀ ਮਹਲਾਤੀ ਜਾਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਜਿਸਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ اے ਮਨ ਮੇਰਿਆ ਤਸਦਾਰ ਹੋ ਹਰਨਾ ਲੇ ਹਰਨਾ ਰਹੋ ਤੂੰ ਮਨ ਮੇਰੀ ਦੂਖ ਸਭ ਵਿਸਾਰਣਾ ਅੰਗੀਕਾਰ ਉਹ ਕ੍ਰਿਤੀ ਰਾ ਕਾਰ ਸਭ ਸੁਵਾਰਣਾ ਸਭ ਨਗਲਨਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰਤੇ ਰ ਕਰਤਾ ਤੇ ਰ ਸਭ ਕਿਛ ਹੈ ਜਿਸ ਦੇਹ ਸੁ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਹਨੇ ਰ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਤ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਇ ਵਸਿਆ ਜਿਨਿ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਦਿਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋਸ਼ ਬਧ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਆਜੀ ਪੰਛਬਤਿ ਕਰਸ ਭਾਗੇ ਕਰਸ ਭਾਗੇ ਸ਼ਬਦ ਬਾਜੀ ਕਲਾ ਜਿਤ ਕਰਧਾਰੀਆ ਪੰਜ ਦੂਤ ਤੁਧ ਵਸ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਇਸ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਸ ਕੋ ਵਾਿਤ ਘਰ ਅਨਹਦ ਬਾਜੇ ਆਨੰਦ ਸੁਨੋ ਵਡ ਪਾਗੀ ਹੋ ਸਗਲ ਮਨੋ ਰਤ ਪੂਰੇ ਪਾਰ ਬਿਨ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਿਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਅਧਾਰ ਹੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੇ ਨ ਜਾਇ ਨਿਤ ਨਿਤ ਰਖੁਰਧਾਰੋ ਤਮ ਸੰਸਾਰ ਚਰਨ ਲਗ ਤਰੀ ਗਿਆ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪੇ ਹੋਈ ਤਰਸ ਪਿਆ ਮਹਿਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਖਰਿਆ ਬਉੜੀ ਥੈ ਤੁਸਮਰਥ ਜਿਥੈ ਕੋਈ ਨਹੀਂ ਉਥੇ ਤੇਰੀ ਰਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਇ ਤਰੈ ਛਡ ਜਾਹੀ ਪੌਜਲ ਬਿਖਮਸਗਾਹ ਗੁਰ ਸ਼ਬਦ ਦੀਪਾਰ ਪਾਹੀ जिनको लगी प्यास अमृत से खा कल मैं एहो पुन गुण गोविंद गाहे सब सनो कृपाल समाले साहे सा श्लोक महला महिला अंतर गुर आराधना जिह जब गुर नाओ नेत्री सतगुर पेखना सर्वणी सुनना गुरना सीती गुर रत्ते आदग पाइ कह नानक कृपा करी ਜਿਸ ਨੋਇ ਹੇਵਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੇਈ ਕੇਈ ਮਹਿਲਾ ਪੰਜਵਾ ਰਖੇ ਰਖਣਹਾਰਾ ਪੁਬਾਰਿਯਨ ਗੁਰ ਕੀ ਪੈਰੀ ਪਾਇ ਕਾ ਸਵਾਰਿਯਨ ਹੋਆ ਆਪ ਦੇ ਆਲ ਮਨੋ ਨਾ ਵਿਸਾਰਿਯਨ ਸਾਤ ਜਨਾ ਕੇ ਸੰਗ ਭੋਜ ਲਤਾਰਿਯਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਯਨ जिस साहिब की टेक नानक मन माहे जिस सिमरत सुख हुए सगले दुख जाहे इस साहिब की टेक नानक मन माहे जिस सिमृत सुख हुए सगले दुख जाहे वाहेगुरू जी का खालसा वाहेगुरू जी की फतेह ਉਠਾ ਖੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਖਨੇਰੇ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆ ਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕੈ ਗੁਰੂ ਨਾਨਕ ਲਈ ਧਾਈ ਫਿਰੰਗਦ ਗੁਰ ਤੇਗ ਮਰਦਾਸ RAM ਦਾਸ ਹੈ ਹੋਈ ਸਹਾਈ ਅਰਜਨ ਹਰ ਗੁਬਿੰਦਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਾਈਐ ਜਿ ਜਿੱਥੇ ਸ਼ਬਦ ਖਜਾਏ ਤੇਗ ਬਹਾਦਰ ਸਿਮਰੈ ਕਹਨੋਂ ਨ ਦਿਆਵੇ ਧਾਈ ਸਬ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਬ ਥਾਈ ਹੋਣਾ ਜੀ ਸਹਾਈ ਦਸਾਂ ਪਾਸੀਆਂ ਦੇ ਸਰੂਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦیدار ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਸਤਗੁਰੂ ਜੀ ਦੇ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਆਣ ਡਿੱਟ ਕੀਤਾ ਤੇ ਨਾਮ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਇਕੋ ਪ੍ਰਿਆਲ ਵਹਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਸਨਾ ਨਿਭਾਹਿਤ ਨਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੁੱਲ ਜੀ ਵਾਹੇ ਗਰੂ ਅੰਜਾਂ ਤਖਤਾਂ ਸਰਵਤ ਗੁਰਦੁਆਰੇ ਜਿਦਾਂ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਰਤਮਾਨ ਸਰਬਤ ਖਾਲਸ ਜੀ ਕੀਰਦਾਸ ਹੈ ਜੀ ਸਰਬਤ ਖਾਲਸ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਉਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਾਂ ਤਾਰ ਚਾਰਿਆ ਦੇਖ ਦੇਖ ਤਹ ਵਿਰਤ ਕੀ ਪੈ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੁੱਲੋ ਜੀ ਵਾਹਿਗੁਰੂ ਬਖਸੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਮਰਸਰ ਜੀ ਦੇ ਦਰਸ਼ਨ ਸ্নান ਚੌਕੀਆਂ ਛੱਡੇ ਬੰਗੇ ਜੁਗਉ ਜੁਗ ਅਟਲ ਤਰਮ ਕਾਜ ਕਾਲ ਸਾਜੀ ਬੋਲ ਜੀ ਵਾਹਿ ਗੁਰ ਚਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਦਾ ਰੱਖਾਂ ਬਕਾਰ ਪ੍ਰਖੁ ਵਾਹਿ ਗੁਰੂ へਕਾਲ ਪ੍ਰਖ ਆਪਨੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਸਤਿਗੁਰ ਜੀ ਜਨਾਂ ਤੋਂ ਪੰਤਨ ਵਿਛੋੜਿਆ ਗਿਆ ਹੈ। ਦਿਨਾਂ ਦੇ ਖੁਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਿਦਾਨ ਖਾਲਸਾ ਪੰਥ ਨੂੰ ਬਖਸ਼ੋ ਜੀ ਹੀ ਨਿਮਾਣੀਆਂ ਦੀ ਮਾਨ ਨਿਤਾਣੀਆਂ ਦੇ ਤਾਂ ਨਿਉਟੀਆਂ ਦੀ ਓਟ ਸੱਚੇ ਪਤਾਵਾਹ ਗੁਰੂ ਆਪ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਰੀ ਹੈ ਸਤਿਗੁਰ ਜੀਓ ਐਸੇ ਆਪ ਜੀ ਦੇ ਚਰਣਾ ਵਿੱਚ ਸੰਧਿਆ ਬਿਲੇ ਦੇ ਦੀਵਾਨ ਸਜੇ ਹੰ ਸਜੇ ਹੋਏ ਦੀਵਾਨ ਅੰਦਰ ਆਪ ਜੀ ਦੀ ਇਲਾਹੀ ਅੰਮ੍ਰਿਤ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਕੋਈ ਹੰ ਜੀ ਬਾਣੀ ਦੇ ਪਾਠ ਕਰਦੇ ਹਾਂ ਸੇਵਾ ਨਿਭਾਉਂਦੇ ਹਾਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਗਿਆਨ ਜਾਣ ਬੱਚੇ ਜਾਣ ਕੇ ਮਾਫ਼ ਕਰਨਾ ਜੀ ਅੱਗੇ ਤੋਂ ਬਾਣੀ ਸ਼ੁੱਧ ਤੇ ਸਪਸ਼ਟ ਪੜੰਦੀ ਸੁਮਤ ਪ੍ਰਦਾਨ ਕਰਨੀ ਬਾਣੀ ਨਾਲ ਪਿਆਰ ਬਖਸ਼ਣਾ ਬਾਣੀ ਪੜੀ ਸੁਣੀ ਸਚਕੰਡਵਕੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦੇ ਭਾ ਸਰਬਤ ਸੰਤਾਂ ਦੇ ਹਿਰਦੇ ਵਿੱਚ ਵਸਾਵਣਾ ਜੀ ਸਮੂਹ ਸੰਗਤ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲੈਣੀ ਸਭਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਣੀ ਬਚਿਆਂ ਦੇ ਸੀਸ ਤੇ ਮਿਹਰ ਪਰੇ ਹੱਥ ਰੱਖਣੀ ਸਮ ਸੰਤਾਨ ਨੂੰ ਪਰਿਵਾਰਾਂ ਨੂੰ ਆਪ ਦੇ ਵਿੱਚ ਮਿਲਵਰਤਨ ਏਕਤਾ ਇਤفاق ਪਿਆਰ ਬਖਸ਼ਿਸ਼ ਕਰਨਾ ਆਪਨੇ ਇਸ ਅਸਥਾਨ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ ਜੀ ਆਪ ਜੀ ਦੇ ਚਰਣਾ ਵਿੱਚ ਆਪ ਜੀ ਦੇ ਚੰਨ ਸੇਵਕ ਭਾਈ ਜਗਜੋ ਸਿੰਘ ਜੀ ਵੱਲੋਂ ਅਤੇ ਪਰਿਵਾਰ ਵੱਲੋਂ ਆਪਨੇ ਬੱਚੇ ਕਾਕਾ ਤ੍ਰਿਸ਼ਵਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਹੈ ਜੀ ਪੁੱਤ ਮਤ ਕੀ ਅਸੀਸ ਨਿਮਕ ਨਾ ਬਿਸਰਾਂ ਤੁਮ ਕੋ ਹਰ ਹਰ ਸਦਾ ਭਜੋਂ ਜਗਦੀਸ਼ ਸਤਿਗੁਰੂ ਜੀ ਕਿਰਪਾ ਕਰਨੀ ਆਪ ਜੀ ਮਿਹਰ ਕਰਕੇ ਬਖਸ਼ਿਸ਼ ਕਰਕੇ ਕਾਕਾ ਤ੍ਰਿਸ਼ਵਰ ਸਿੰਘ ਨੂੰ ਪਾਸਾ ਜੀਓ ਵੱਡੀਆਂ ਉਮਰਾਂ ਬਖਸ਼ੀਆਂ ਦਾਨ ਦ੍ਰਿਸ਼ਟੀ ਬਖਸ਼ਿਸ਼ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ੀਆਂ ਸੀਸ ਤੇ ਮਿਹਰ ਪਰੇ ਹੱਥ ਰੱਖਣੇ ਜੀ ਆਪਣੇ ਦਰਦੇ ਘਰ ਦੀ ਸੇਵਾ ਭਾਵਨਾ ਬਖਸ਼ਨੀ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨੀ ਬੱਚੇ ਨੂੰ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਪਰਵਾਰ ਦੇ ਵਿੱਚ ਸੁਖ ਸ਼ਾਂਤੀ ਬਖਸ਼ਨੀ ਜੀ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਦੁਆਰਾ ਕਿਰਤਾਰਥ ਕਰੋ ਜੀ ਵਿੱਤਰੁ ਕੁਮਨਾਮੇ ਤੇ ਚੱਲਣ ਦੀ ਸੁਮਤ ਪ੍ਰਦਾਨ ਕਰਨੀ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਵਾਹਿ ਗੁਰ ਸਾਹਿਬ ਜੀ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ ਹਰ 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 ਰਸਨਾ ਕਹੋ हे प्राणनाथ गोविंदह कृपा निधान जगद गुरु हे संसार ताप हरण करुणा में सब दुख हरों हे शरण जोग दयाल है दीना नाथ मया करो श्री स्वस्थ खीण समय ਸਿਮਰੰਤ ਨਾਨਕ RAM DAMODAR MADHAVE ਸੁਖੋ ਟਲ ਗੁਰ ਸੇਵੀਐ ਅਹੰਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪਹਿਲਾ ਜਿਨ ਕੋ ਭਾਂਡੇ ਭਾਉ ਤੇ ਨਾ ਸਵਾਰਸੀ ਸੁਖੀ ਕਰੇ ਪਸਾਉ ਦੁਖ ਵਿਸਾਰਸੀ ਸਸਾ ਮੂਲੇ ਨਾ ਹੈ ਸਰਪਰਤਾਰ ਸੀ ਜਿਨ ਕੋ ਭਾਂਡੇ ਭਾਉ ਤਿਨਾ ਸਵਾਰ ਸੀ ਸੁਖੀ ਕਰੇ ਪਸਾਉ ਦੁਖ ਵਿਸਾਰ ਸੀ ਸਸਾ ਮੂਲੇ ਨਹੇ ਸਰਪਰਤਾਰ ਸੀ ਚਲ ਹੈ ਤਿੰਨ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਮ ਦਿਵੈ ਦਿਖਿਆ ਚੱਲੈ ਸਤਗੁਰੁ ਭਾਏ ਭਵੇਂ ਨਾ ਪਿਖਿਆ ਜਾਕੂ ਮਹਿਲ ਹਜੂਰ ਦੁਜੇ ਨਿਵੇ ਕਿਸ ਦਰਦਰ ਬਾਣੀ ਨਹੇ ਮੁਲੇ ਪੁੱਛ ਤਿਸ ਛੁੱਟ ਤਾ ਕੇ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੁਜਾ ਮਤੈ ਕੋਏ ਟਾਹੇ ਉਸਾਰੇ ਸਾਜ ਜਾਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਕਲੇ ਆਣੇ ਆਪ ਜਿਸ ਨਾਹੀ ਦੁਜਾ ਮਤੈ ਕੋਏ ਟਾਹੇ ਉਸਾਰੇ ਸਾਜ ਜਾਣ ਸਭ ਸੂਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਧਿਆ ਵੇਲੇ ਦੇ ਦੀਵਾਨ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਸਨ ਜੀਓ ਸਤਿਗੁਰੂ ਜੀ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ ਆਪਣੇ ਘਰਾਂ ਦੇ ਵਿੱਚ ਜਦੋਂ ਆਪ ਬਾਣੀ ਸਰਵਣ ਕਰਦੇ ਹੋ ਤਾਂ ਉਸ ਅਸਥਾਨ ਦਾ ਔਰਾ ਉਸ ਘਰ ਦੀ ਵਾਈਬ੍ਰੇਸ਼ਨ ਜਿਹੜੀ ਹੈ ਉਹ ਬਹੁਤ ਹੀ ਪਵਿੱਤਰ ਬਣ ਜਾਂਦੀ ਹੈ ਪੋਜ਼ਿਟਿਵ ਬਣ ਜਾਂਦੀ ਹੈ ਘਰ ਦੇ ਜੀਵਾਂ ਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਇਮਿਊਨਿਟੀ ਲਵਿੰਗਲੀ ক্লোਜ਼ ਸਾਰਿਆਂ ਦਾ ਇੱਕ ਆਪਸ ਦੇ ਵਿੱਚ ਇੱਕ ਯੂਨਿਟੀ ਇੱਕ ਲਵ ਇੱਕ ਪਿਆਰ ਬਣ ਜਾਂਦਾ ਹੈ ਜਿਸ ਘਰ ਦਾ ਮਾਹੌਲ ਐਸਾ ਹੋਵੇ ਕਿ ਜਿੱਥੇ ਸਤਸੰਗਤ ਦੇ ਵਿੱਚ ਜੁੜਿਆ ਜਾ ਰਿਹਾ ਹੋਵੇ ਉਸ ਬਾਣੀ ਦੀ ਆਵਾਜ਼ ਦੇ ਰਾਹੀ ਉਹ ਆਵਾਜ਼ ਜਿੱਥੇ-ਜਿੱਥੇ ਫੈਲਦੀ ਹੈ ਉਹ ਜਿਹੜੇ ਵਰਡਸ ਹਨ ਜਿਹੜੇ ਸ਼ਬਦ ਹਨ ਉਹ ਆਪਣਾ ਕਮਾਲ ਦਾ ਇੱਕ ਅਸਰ ਦਿਖਾਉਂਦੇ ਹਨ ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵਾਣੀ ਸਾਡੇ ਮਨ ਨੂੰ ਸਾਡੇ ਤਨ ਨੂੰ ਹੀ ਨਿਰੋਗਨੀ ਕਰਦੀ ਉਹ ਸਾਡੇ ਆਲੇ ਦੁਆਲੇ ਨੂੰ ਵੀ ਬੜਾ ਪਵਿੱਤਰ ਕਰ ਦਿੰਦੀ ਹੈ ਦਰਬਾਰ ਸਾਹਿਬ ਜਦੋਂ ਜਾਂਦੇ ਹਾਂ ਭਾਵੇਂ ਉੱਥੇ ਆਲੇ ਦੁਆਲੇ ਬੈਠ ਜੇ ਕਿਸੇ ਵੀ ਕੋਨੇ 'ਚ ਬੈਠ ਜਾਓ ਤੁਸੀਂ ਕਿਸੇ ਵੀ ਪਾਸੇ ਮਨ ਜੁੜ ਜਾਂਦਾ ਹੈ ਭਾਵੇਂ ਲੁੱਕੀ ਉੱਥੇ ਲੱਖਾਂ ਆ ਰਹੇ ਨੇ ਜਾ ਰਹੇ ਨੇ ਤੁਹਾਡਾ ਧਿਆਨ ਉਹਨਾਂ ਵੱਲ ਜਾਏਗਾ ਹੀ ਨਹੀਂ ਕਿ ਮੇਰੇ ਅੱਗੇ ਦੀ ਕੌਣ ਲੰਘ ਕੇ ਚਲਾ ਗਿਆ ਕੌਣ ਇੱਧਰ ਬੈਠਾ ਕੌਣ ਉੱਧਰ ਬੈਠਿਆ ਐਸੀ ਉਥੇ ਦੀ ਵਾਈਬ੍ਰੇਸ਼ਨ ਹੈਗੀ ਐਸਾ ਉਥੇ ਦਾ ਮਾਹੌਲ ਐਸੀ ਉਥੇ ਦੀ ਅਵਸਥਾ ਬਣੀ ਹੋਈ ਹੈ ਆਤਮਿਕ ਜੀਵਨ ਦੀ ਅਵਸਥਾ ਸੋ ਐਸਾ ਹੀ ਕੁਝ ਘਰਾਂ ਵਿੱਚ ਵੀ ਹੋ ਜਾਂਦਾ ਹੈ ਜਦੋਂ ਅਸੀਂ ਇਸ ਤਰ੍ਹਾਂ ਬਾਣੀ ਸੁਣਦੇ ਹਾਂ ਸਤਸੰਗਤ ਜੁੜਦੇ ਹਾਂ ਸੋ ਸਾਥਸੰਗ ਜੀਓ ਗੁਰੂ ਕਿਰਪਾ ਕਰੇ ਇਹ ਰਹਿਮਤ ਇਹ ਬਖਸ਼ਿਸ਼ ਇਸੇ ਤਰ੍ਹਾਂ ਪ੍ਰਾਪਤ ਹੁੰਦੀ ਰਹੇ ਸੰਧਿਆਵਿਲ ਦਾ ਹੁਕਮਨਾਮਾ ਆਪ ਜੀ ਸ਼ਰਣ ਕਰ ਰਹੀ ਸੀ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਗ 729 ਤੇ ਸੁਬਾਈਮਾਨ ਸੋਹੀ ਰਾਗ ਦੇ ਵਿੱਚ ਜਗਤ ਗੁਰੂ ਸਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਬਾਣੀ ਵਿੱਚੋਂ ਅੱਜ ਦੇ ਹੁਕਮਨਾਮਾ ਦੀ ਬਖਸ਼ਿਸ਼ ਹੋਈ ਹੈ ਸਤ ਗੁਰੂ ਗੁਰੂ ਨਾਨਕ ਸਹਿ ਮਹਾਰਾਜ ਉਹਨਾਂ ਦਾ ਪਾਵਨ ਉਪਦੇਸ਼ ਜੋ ਸੰਸਾਰ ਨੂੰ ਬਖਸ਼ਿਸ਼ ਕਿਤਾ ਹੈ ਕੋਈ ਇਹ ਨਾ ਮੰਨ ਕੇ ਬੈਠ ਜਾਵੇ ਕਿ ਕੋਈ ਕਿਸੇ ਧਰਮ ਵਾਸਤੇ ਉਪਦੇਸ਼ ਹੈ ਕਿਸੇ ਧਰਮ ਵਾਸਤੇ ਨਹੀਂ ਇੱਥੇ ਇਨਸਾਨੀਅਤ ਦੇ ਵਾਸਤੇ ਹੈ ਇੱਥੇ ਸਾਰੀ ਇਨਸਾਨੀਅਤ ਦੇ ਆਲ ਆਫ ਦਾ ਹਿਊਮਨ ਬੀਇੰਗਸ ਇੱਥੋਂ ਸਿੱਖਿਆ ਲੈ ਸਕਦੀ ਹੈ ਸੋ ਅੱਜ ਸਤਗੁਰੂ ਜੀ ਗੁਰਨਾਨਸਹਿ ਸਾਡੀ ਝੋਲੀ ਵਿੱਚ ਪਾ ਰਹੇ ਹਨ ਜਿਨ ਕੋ ਭਾਂਡੇ ਭਾਉ ਦਿਨਾ ਸਵਾਰ ਸੀ ਇਹ ਭਾਈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਪਿਆਰ ਹੁੰਦਾ ਹੈ ਦੋਸ ਹੂਜ਼ ਮਾਈਂਡ ਆਰ ਫੁਲਫਿਲਡ ਵਿਦ ਲਵ ਆਫ ਦ ਲੋਰਡ ਜਿਦੇ ਮਨ ਦੇ ਮਨ ਰੂਪੀ ਭਾਂਡੇ ਦੇ ਵਿੱਚ ਪਰਮਾਤਮਾ ਦਾ ਪਿਆਰ ਹੁੰਦਾ ਹੈ ਜੋ ਉਸ ਕਰਤੇ ਪੁਰਖ ਦੇ ਨਾਲ ਪਿਆਰ ਕਰਦੇ ਹਨ ਤੇ ਕੀ ਹੁੰਦਾ ਆਰ ਬlesਟ ਸੁਖੀ ਤਨਾ ਸਵਾਰ ਸੀ ਉਹਨਾਂ ਨੂੰ ਉਹ ਸਵਾਰ ਦਿੰਦਾ ਸੋਹਣੇ ਬਣਾ ਦਿੰਦਾ ਚੰਗੇ ਜੀਵਨ ਬਣਾ ਦਿੰਦਾ ਉੱਚੇ ਸੁੱਚੇ ਬਣਾ ਦਿੰਦਾ ਹੈ ਬlesਟ ਐਂਡ ਐਗਜ਼ਾਲਟਡ ਸੁਖੀ ਕਰੇ ਪਸਾਉ ਦੁੱਖ ਵਿਸਾਰ ਸੀ ਹੋਰ ਕਿਹੜੀਆਂ ਬਖਸ਼ਿਸ਼ਾਂ ਕਰਦਾ ਹੈ they are blessed with peace ਅੱਪ ਵੀ ਚਾਹੁੰਦੇ ਆ ਨਾ ਕਿ ਸਾਡੇ ਮਨ ਨੂੰ ਵੀ ਸੁੱਖ ਮਿਲ ਜਾਵੇ ਕਿਉਂਕਿ ਧਨ ਦੇ ਨਾਲ ਸੁੱਖ ਨਹੀਂ ਆ ਸਕਦਾ ਅਸੀਂ ਜਿੰਨਾ ਮਰਜੀ ਲਿਆਈਏ ਪਰ ਜਿਹੜਾ ਮਨ ਦਾ ਜਿਹੜਾ ਸੁੱਖ ਹੈ ਘਰ ਦਾ ਜਿਹੜਾ ਪਰਿਵਾਰ ਦਾ ਜਿਹੜਾ ਹੈ ਉਹ ਨਹੀਂ ਆ ਸਕਦਾ ਉਹ ਆਊਗਾ ਜਦੋਂ ਗੁਰੂ ਦੀ ਬlesing ਅਸੀਂ ਲਵਾਂਗੇ ਤੇ ਫਿਰ ਸੁਖੀ ਕਰੇ ਪਸਾ ਦੇ ਹ ਬਲੇਸਡ ਵਿਦ ਪੀਸ ਦੁਖ ਵਿਸਾਰ ਸੀ ਐਂਡ देयर ਪੇਨ ਆਰ ਫੋਰਗਟਨ ਉਹਨਾਂ ਦੇ ਦੁੱਖ ਵੀ ਭੁਲਾ ਦਿੰਦਾ ਹੈ ਉਹਨਾਂ ਦੇ ਦੁੱਖ ਵੀ ਵਿਸਾਰ ਦਿੰਦਾ ਹੈ ਦੁੱਖ ਆਉਣਗੇ ਪਰ ਹੁਣ ਪਰਵਾਹ ਨਹੀਂ ਕਰਦੇ ਕੋਈ ਕਰਨੀ ਇਹ ਵੀ ਸਮਾਂ ਆਇਆ ਤੇ ਇਹਨੇ ਵੀ ਲੰਘ ਜਾਣਾ ਹੈ ਇਸ ਤਰ੍ਹਾਂ ਦੀ ਉਹਨਾਂ ਦੇ ਭਾਵਨਾ ਬਣ ਜਾਂਦੀ ਹੈ ਸਹਸਾ ਮੂਲੇ ਨਾਏ ਕਹਿੰਦੇ ਨਹੀਂ ਡਾਊਟ ਨਹੀਂ ਕਰਨਾ ਹੀ ਵਿਲ ਅਨ ਡਾਊਟਬਲੀ ਸਰਟਨਲੀ ਸੇਵ ਥੈਮ ਇਹ ਭਾਈ ਇਸ ਗੱਲ ਦੇ ਵਿੱਚ ਰਤਾ ਜਿੰਨਾ ਵੀ ਸ਼ੱਕ ਨਹੀਂ ਕਿ ਉਹ ਆਪਣੇਆਂ ਨੂੰ ਜਿਹੜੇ ਉਸ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਨਾ ਮਿਲੇਆ ਗੁਰ ਆਏ ਜਿੰਨ ਕੋ ਲਿਖਿਆ ਜਿਨ੍ਹਾਂ ਦੇ ਪਾਗਾਂ ਦੇ ਵਿੱਚ ਤੁਰਾਂ ਤੋਂ ਲਿਖਿਆ ਹੋਇਆ ਹੈ ਉਹਨਾਂ ਨੂੰ ਹੀ ਗੁਰੂ ਆ ਕੇ ਮਿਲਦਾ ਹੈ ਤੁਸੀਂ ਇਹ ਨਾ ਸੋਚਿਓ ਕਿ ਤੁਸੀਂ ਆਪ ਆਪਣਾ ਮੋਬਾਈਲ ਓਨ ਕੀਤਾ ਜਾਂ ਆਪ ਟੀਵੀ ਤੇ ਤੁਸੀਂ YouTube ਤੇ ਦੇਖ ਰਹੇ ਹੋ ਨਹੀਂ ਗੁਰੂ ਤੁਹਾਡੇ ਕੋਲ ਆਪ ਆਇਆ ਹੈ ਤੁਹਾਡੇ ਮਨ ਦੇ ਵਿੱਚ ਉਹਦੀ ਵਿਚਾਰ ਆਈ ਹੈ ਯੂ ਰਿਮੈਂਬਰ ਦ ਗੁਰੂ ਯੂ ਰਿਮੈਂਬਰ ਦ ਪਾਗ ਪਰ ਇਹ ਮੈਮਰੀ ਕੌਣ ਬਖਸ਼ਦਾ ਹੈ ਇਹ ਰਿਮੈਂਬਰਿੰਗ ਕੌਣ ਬਖਸ਼ਦਾ ਹੈ ਪਰਮਾਤਮਾ ਨਾ ਤੇ ਜਿਨ੍ਹਾਂ ਦੀ ਮੈਮਰੀ ਉਹ ਲੌਸਟ ਕਰ ਦਿੰਦਾ ਉਹਨਾਂ ਦਾ ਕੀ ਹਾਲ ਹੁੰਦਾ ਹੈ ਉਹ ਤਾਂ ਪਾਗਲ ਮੰਨੇ ਜਾਂਦੇ ਨੇ ਨਾ ਜਿਨ੍ਹਾਂ ਦੀ ਮੈਮਰੀ ਲੌਸਟ ਜਾਂਦੀ ਏ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਕੌਣ ਆ ਕਿੱਥੋਂ ਆਇਆ ਸੋ ਇਹ ਜਿਸ ਨੇ ਸਾਨੂੰ ਇਹ ਮੈਮਰੀ ਦਿੱਤੀ ਹੈ ਜਿਸ ਦੇ ਰਾਹੀਂ ਅਸੀਂ ਰਿਮੈਂਬਰ ਕਰਦੇ ਹਾਂ ਕਿ ਹਾਂ ਹੁਣ ਮੈਂ ਪਾਠ ਕਰਨਾ ਮੈਂ ਪਾਠ ਸੁਣਨਾ ਇਸ ਵਾਰ ਸੇ ਪਾਤਸ਼ਾਹ ਜੀ ਕਹਿੰਦੇ ਕਿ ਗੁਰੂ ਉਹਨਾਂ ਨੂੰ ਆਪ ਆ ਕੇ ਮਿਲ ਰਿਹਾ ਹੈ ਇਹ ਗੁਰੂ ਜੀ ਤੁਹਾਡੇ ਤੇ ਕਿਰਪਾ ਹੋਈ ਹੈ ਦਿਨਾਂ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਦਾ ਨਾਮ ਦੇਵੇ ਦੇਖਿਆ ਹੁਣ ਉਹ ਤੁਹਾਨੂੰ ਆ ਕੇ ਕੀ ਦਿੰਦਾ ਹੈ ਜਦੋਂ ਕੋਈ ਸਾਡੇ ਕੋਲ ਆਉਂਦਾ ਘਰ ਵਿੱਚ ਕੋਈ ਨਾ ਕੋਈ ਗਿਫਟ ਲੈ ਕੇ ਆਉਂਦਾ ਨਾ ਤੇ ਗੁਰੂ ਵੀ ਆਇਆ ਤੁਹਾਡੇ ਕੋਲ ਕੋਈ ਗਿਫਟ ਲੈ ਕੇ ਬੜੇ ਕਮਾਲ ਦੀ ਕਹਿੰਦੇ ਅੰਮ੍ਰਿਤ ਹਰ ਦਾ ਨਾਮ ਦੇ ਬਲੇਸਸ ਥੈਮ with the teaching of the ambroseal the name of the lord o parmatma de naam da amrit jal gift de vich bakhshsha de vich blessing de vich tuhanu de bakhshda hai chalne sadguru pae do jo walk in the will of the group pher jinan nu eh bakhshis guru bakhshda hai pher guru de hukum vich turde han apne hukum vich nahi apni marzi nahi karde han ਚੱਲਨੇ ਸਤਗੁਰੂ ਪਾਇ ਭਵੈ ਨ ਪਿਖਿਆ ਫਿਰ ਉਹ ਪਟਕਦੇ ਨਹੀਂ ਫਿਰਦੇ ਦੇ ਨੇਵਰ ਵੈਂਡਰ ਬੇਗਿੰਗ ਉਹ ਪਟਕਦੇ ਨਹੀਂ ਉਹਨਾਂ ਨੂੰ ਰਾਹ ਮਿਲ ਜਾਂਦਾ ਜਾ ਕੋ ਮੈਲ ਹਜੂਰ ਦੁਜੀ ਨਿਮਕ ਕਿਸ ਇਹ ਭਾਈ ਜਿਹੜੇ ਇੱਕ ਵਾਰ ਪ੍ਰਮਾਤਮਾ ਦੇ ਬਣ ਗਏ ਪ੍ਰਮਾਤਮਾ ਦੀ ਹਜ਼ੂਰੀ ਜਿਨ੍ਹਾਂ ਨੇ ਪ੍ਰਾਪਤ ਕਰ ਲਈ ਫਿਰ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਕਿਸੇ ਦੇ ਅੱਗੇ ਰੱਬ ਉਹਨਾਂ ਨੂੰ ਝੁਕਣ ਨਹੀਂ ਦਿੰਦਾ ਕਿਸੇ ਦੇ ਅੱਗੇ ਉਹਨਾਂ ਦਾ ਸਿਰ ਚੁੱਕਣ ਨਹੀਂ ਦਿੰਦਾ ਫਿਰ ਉਹ ਐਡੀ ਕਿਰਪਾ ਹੋ ਜਾਂਦਾ ਦਰ ਦਰਵਾਣੀ ਨਾਹੀਂ ਮੁੱਲੇ ਪੁੱਛ ਜਿਹੜੇ ਜਮਾ ਅਦਖਨ ਨੂੰ ਉਹ ਵੀ ਉਹਨਾਂ ਦੀ ਵੀ ਕੋਈ ਹਿੰਮਤ ਨਹੀਂ ਕਿ ਉਹ ਲੇਖਾ ਪੁੱਛਣ ਛੁੱਟੇ ਤਾਂ ਕਿ ਬੋਲ ਸਾਹਿਬ ਨਦਰ ਜਿਸ ਇਹ ਬਖਸ਼ਿਸ਼ਾਂ ਕਿਵੇਂ ਹੋਈਆਂ ਕਿਉਂਕਿ ਜਿਹੜੇ ਗੁਰੂ ਦੇ ਬੋਲ ਹਨ ਜਿਹੜੇ ਗੁਰੂ ਦੇ ਸ਼ਬਦ ਹਨ ਉਹਨਾਂ ਵਿੱਚ ਇਹ ਪਾਵਰ ਸੀ ਤੇ ਗੁਰੂ ਦੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੈ ਤੇ ਗੁਰੂ ਦੇ ਰਾਹੀ ਜੋ ਬੋਲ ਬਹਾਰ ਆਏ ਜਿਨ੍ਹਾਂ ਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ ਗੁਰ ਸ਼ਬਦ ਕਹਿੰਦੇ ਹਾਂ ਦ ਵਰਡ ਆਫ ਦਾ ਗੁਰ ਸ਼ਬਦ ਤੇ ਉਹਨਾਂ ਦੀ ਪਾਵਰ ਉਹਨਾਂ ਦੀ ਤਾਕਤ ਐਸੀ ਹੈ ਕਿ ਸਾਨੂੰ ਵਿਕਾਰਾਂ ਤੋਂ ਮੁਕਤ ਕਰ ਦਿੰਦੇ ਹਨ ਐਸੀ ਪਾਵਰ ਹੈ ਗੁਰ ਸ਼ਬਦ ਦੇ ਵਿੱਚ ਗੁਰੂ ਦੇ ਬੋਲਾਂ ਦੇ ਕੱਲੇ ਆਣੇ ਆਪ ਨਾ ਜਿਸ ਨਾਹੀ ਦੁਜਮ ਤੇ ਕੋਈ ਪਰਮਾਤਮਾ ਆਪ ਸਾਨੂੰ ਭੇਜਦਾ ਹੈ the lord himself send out ਆਪ ਆਪਣੀ ਮਰਜ਼ੀ ਨਾਲ ਤਾਂ ਨਹੀਂ ਆਏ ਨਾ ਇਸ ਸੰਸਾਰ ਦੇ ਵਿੱਚ ਤੇ ਨਾ ਜਾਣਾ and recall the mortal beings ਉਹ ਜਦੋਂ ਬੁਲਾਉਂਦਾ ਹੈ ਉਹ ਆਪ ਆਪਣੀ ਮਰਜ਼ੀ ਨਾਲ ਭੇਜਦਾ ਤੇ ਬੁਲਾਉਂਦਾ ਹੈ ਇਕੱਲੇ ਆਣੇ ਆਪ ਜਿਸ ਨਾਹੀਂ ਦੂਜਾ ਮਤਿਕ no one else gives him advice ਉਸ ਨੂੰ ਕੋਈ ਮਤਾਂ ਕੋਈ ਐਡਵਾਈਸ ਨਹੀਂ ਆ ਕੇ ਦਿੰਦਾ ਕਿ ਤੂੰ ਇੰਜ ਨਹੀਂ ਇੰਜ ਕਰ ਇੱਕ ਪੋエム ਦੀ ਲਾਈਨ ਹੈ ਮੈਂ ਉਹ ਸਿਰਫ ਇੱਕ ਲਾਈਨ ਹੀ ਬੋਲਾਂਗਾ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ ਕੌਣ ਕਹਿ ਸਕਦਾ ਉਸ ਨੂੰ ਕਿ ਤੂੰ ਇੰਜ ਨਾ ਕਰ ਇੰਜ ਕਰ ਦੇ ਨਹੀਂ ਕਰ ਸਕਦੇ ਸੋ ਉਸ ਨੂੰ ਕੋਈ ਐਡਵਾਈਸ ਨਹੀਂ ਕਰਦਾ ਟਾਹੇ ਉਸਾਰੇ ਸਾਜ ਜਾਣ ਸਹੀ ਹਿਮਸੈਲਫ ਡਿਮੋਲਿਸ਼ਿਸ ਕੰਟ੍ਰੈਕਟਸ ਕਰੀਏਟਸ ਉਹ ਤੋੜਨਾ ਬਣਾਉਣਾ ਉਹ ਆਪ ਹੀ ਜਾਣਦਾ ਹੈ ਇਸ ਸਿਸਟਮ ਨੂੰ ਉਹ ਆਪ ਬਣਾ ਕੇ ਆਪ ਇਸ ਨੂੰ ਕਿਵੇਂ ਟਾਂਦਾ ਹੈ ਉਹ ਇਹ ਸਭ ਉਹਦੀ ਮਰਜ਼ੀ ਨਾਲ ਹੋ ਰਿਹਾ ਹੈ ਜਾਣੇ ਸਭ ਸੋਇ ਹੀ ਨਾਉ ਐਵਰੀਥਿੰਗ ਕਲ ਨਾਉ ਨਾਨਕ ਬਕਸੀਸ ਉਹ ਨਾਨਕ ધ ਨੇਮ ਆਫ ਦਿ ਲਾਰਡ ਇਜ਼ ਦਿ ਬਲੇਸਿੰਗ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਉਹ ਗੁਰੂ ਦੀ ਬਖਸ਼ਿਸ਼ ਹੈ ਉਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਨਦਰੀ ਕਰਮ ਹੋਏ ਕਿਸ ਨੂੰ ਮਿਲਦਾ ਹੀ ਰੀਸੀਵ ਹਿਸ ਮਰਸੀ ਐਂਡ ਹਿਸ ਗ੍ਰੇਸ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਸ ਨੂੰ ਇਨਾਮ ਪ੍ਰਾਪਤ ਹੁੰਦਾ ਹੈ ਭੁੱਲਾ ਚੁਕਾਂ ਦੀ ਕਿਮਾ ਸੋ ਸਤਗੁਰੂ ਕਿਰਪਾ ਕਰਨ ਗੁਰੂ ਨਾਲ ਜੁੜੇ ਰਹੀਏ ਗੁਰਬਾਣੀ ਸਾਨੂੰ ਬੜੇ ਹੀ ਸੋਹਣੇ ਸੁੱਚੇ ਢੰਗ ਦੇ ਨਾਲ ਸਮਝਾਉਂਦੀ ਹੈ ਵਿਕਾਰਾਂ ਤੋਂ ਕਿਵੇਂ ਬਚਣਾ ਹੈ ਤੇ ਆਪਣੇ ਪਰਿਵਾਰ ਦੇ ਵਿੱਚ ਆਪਸ ਦੇ ਵਿੱਚ ਪ੍ਰੇਮ ਪਿਆਰ ਨਾਲ ਰਹਿੰਦੇ ਹੋਏ ਕਿਵੇਂ ਤੁਸੀਂ ਆਪਣੇ ਜੀਵਨ ਨੂੰ ਸੁਖੀ ਬਤੀਤ ਕਰ ਸਕਦੇ ਹੋ ਇਹ ਸਾਰੀਆਂ ਬਖਸ਼ਿਸ਼ਾਂ ਸਤਸੰਗਤ ਵਿੱਚੋਂ ਮਿਲਦੀਆਂ ਹਨ ਜੇ ਜੁੜੇ ਰਹੋ ਇਸੇ ਤਰ੍ਹਾਂ ਹੀ ਅੱਜ ਕਾਕਾ ਤ੍ਰਿਸ਼ਵਰ ਸਿੰਘ ਦੇ ਜਨਮ ਦਿਨ ਦੇ ਅਰਦਾਸ ਹੋਈ ਹੈ ਬੜਾ ਪਿਆਰਾ ਬੱਚਾ ਹੈ ਸਤਿਗੁਰੂ ਕਿਰਪਾ ਕਰੇ ਕਾਕਾ ਤ੍ਰਿਸ਼ਵਰ ਸਿੰਘ ਨੂੰ ਅਸੀਂ ਸਾਂ ਬਖਸ਼ਣ ਆਪਨੇ ਚਰਣਾ ਵਿੱਚੋਂ ਵੱਡੀ ਉਮਰ ਤੰਦਰੁਸਤੀ ਦਾ ਦਾਨ ਉਸ ਨੂੰ ਚੰਗੀ ਪੜ੍ਹਾਈ ਔਰ ਗੁਰੂ ਘਰ ਦੇ ਨਾਲ ਗੁਰੂ ਦੇ ਨਾਲ ਪਿਆਰ ਗੁਰਮਤ ਦੀ ਸੋਚੀ ਬਖਸ਼ਣ ਸਾਰੇ ਪਰਵਾਨ ਨੂੰ ਬਹੁਤ ਬਹੁਤ ਵਧਾਈਆਂ ਭਾਈ ਪ੍ਰੇਮ ਸਿੰਘ ਜੀ ਹੁਣ ਆਪ ਜੀ ਨੂੰ ਅੱਜ ਦੇਖੋ ਉਹਨਾਂ ਦੇ ਵਿਚਾਰ ਗੁਰਮਤ ਵਿਚਾਰਾਂ ਸ਼ਰਮਣ ਕਰਾਉਣਗੇ ਜੀ ਪਹਿਲਾਂ ਚੁਕੰਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਗੁਰਪ੍ਰੀਤ ਸਾਧ ਸੰਗਤ ਜੀ Pertama-tama kita mengucapkan selamat ulang tahun kepada Kakak Triswasi Gil yang pada hari ini bertambah usianya satu tahun. Tidak terasa waktu berlalu, saya masih ingat sekali tahun lalu mengucapkan hal yang sama untuk beliau di eh, Sengget. Kita doakan yang terbaik untuk Kakak Triswasi. Yang mana Janeji bilang ini satu guru di kirpa kalau dilihat beliau itu adalah satu Uh, termasuk generasi muda yang rajin datang ke gurduan. Ini satu masalah saat sengaja kalau diperhatikan banyak generasi muda anak-anak itu nggak ada tertarik datang ke Tapi kepada uh, yang hari ini berulang tahun, Katrisuar itu dia punya satu kemauan kalau diperhatikan dengan orang tuanya datang ke gerduara Eh, buat ini sangat satu yang bukan kita bisa sepelekan kalau ada anak-anak itu datang ke Gurdwara ini adalah satu hal yang luar biasa karena apa berarti dia sudah ambil langkah pertamanya kemauannya sudah ada maka guru akan menjemput dia mau datang ya bagaimana dia mau bersatu mari kita pahami hukum nama pada hari ini ditulis oleh guru Nanik Dilji dalam angle 729 suhi mahala pahala pande pau swarsi barang siapa di dalam hirde rupi pandanya ini itu ada di dalam dirinya di dalam badannya jiwanya ini ada satu cinta apalagi cinta terhadap bani terhadap guru terhadap bekal baik guru maka orang tadi hidupnya akan sewasi, akan indah sekali. Dipenuhi dengan keindahan hidupnya ini. Kalau dia punya cinta dengan guru. Dia punya cinta dengan guru. Kita sudah beberapa kali membahas mengenai cinta ini. Mengenai pau. Dalam kurban itu macam-macam. Bisa pau, bisa prim. Itu artinya adalah adalah cinta cinta modal utama. Makanya jenis ini premium, ini berapa Dalam ajaran Bani itu cinta itulah langkahnya itu paling penting itu harus ada cinta. Dan dalam tidak hanya dalam Gurbani seperti yang kita sering bahas, Gurbani ini harus kita aplikasikan dalam hidup kita sehari. -hari. Dalam hidup kita sehari-hari pun perhatikan. Orang bisa mahir jadi ahli expert dalam bidang yang ia geluti kalau bidang itu dia sukai dia cintai ketika dia suka sesuatu dan dia melakukan itu memperdalami itu maka dia bisa jadi ahli di bidang makanya ada satu budawa eh, budayawan ya budayawan namanya sujiwotejo saya kecil mungkin pernah dengar dia sering muncul di berita-berita di tv-tv dia bilang pesan dia yang ke generasi milenial jangan setelah pendidikan itu cari kerja atas dasar uang. Tapi carilah pekerjaan yang memang kita sukai pada awalnya. Sebab apa? Kalau kita udah dapatkan ini, kita melakukan sesuatu, berusaha berbisnis di bidang yang kita sukai, maka setahun, dua tahun, beberapa tahun setelah kita merintis itu, kita akan menjadi ahli di bidang itu. Kita akan kenal itu, ya, karena apa kita suka itu. Dan setelah itu terjadi, kalau kita udah ahli di bidang itu tadi, kita nggak usah cari duit. Duit akan kita. karena apa? Ahli jadi berawal dari apa yang kita suka. Dan kalau perhatikan juga, anak-anak bisa -anak di sekolah itu pelajaran apa yang dia nggak sukai, disitulah nilai dia akan jatuh itu kan contoh nyata ya. Kalau kita tanya tadi yang bilang itu apa buktinya? Mungkin susah. Kita cari buktinya. Tapi ini contoh nyatanya tadi. Anak-anak itu aja kita-kita dulu yang belajar dulu di sekolah, apa yang disukai, itulah dia bagus nanti dapat nilai. Anak-anak paling benci sama apa? Matematika. Maka dari itulah mayoritas Matematikanya jelek karena apa? Dia tidak menyukai, dia tidak mencintai apa yang dilakukan. Oleh dari itu, karena itu kita cari tahu kita ahlinya di bidang apa apa yang kita sukai dan lakukan itu dengan sepenuh termasuk dalam barang ini juga. Nah bagaimana ceritanya kalau kita nggak suka dengan barang itu? Pertanyaan juga. Kalau aku ngajak cinta dengan Bani, bagaimana? Kita sudah pernah ceritakan, cinta itu bisa ditumbuhkan. Apalagi cinta itu ada dua tipe katanya. Iske itu ada dutra di iske itu, dua tipe cinta. Satu, iske hakiki, dua, iske majaji. Cinta hakiki, cinta sebenarnya itu sebenarnya setiap orang punya. Cinta terhadap ketuhanan, cinta terhadap kebaikan, cinta terhadap Bali itu sebenarnya sudah built in dalam setiap orang Sikh sudah terpanang. cuman karena kita koneksi lost koneksi hilang koneksi dengan guruji maka cinta tadi itu pun terlupa tapi cinta itu dapat ditumbuhkan kembali bagaimana caranya yaitu di dalam saat senggut makanya Ji bilang berkali-kali itu harus kita luangkan waktu karena apa saat senggut jinak pau nahi upeje, pau benah katakan pau yang kita bahas hari ini dibilang tanpa saat sanggat, maka cinta itu terhadap kami terhadap guru akan muncul maka ketika dia sudah bersatu dengan Bani, dia menyukai ajaran Bani, hidupnya Bani ubah menjadi satu kehidupan yang indah orang tadi dipenuhi dengan kebahagiaan kedukaan itu akan lenyap dari dalam pikiran, nah ini bagaimana ini sebenarnya bisa dijelaskan secara lebih rinci sedikit, jika ada cinta maka, seseorang untuk cinta tadi dia butuh pengorbanan. Kalau pengorbanan sekalipun dilakukan, tapi atas dasar cinta, maka seberapa besar pengorbanan yang dilakukan tadi itu tidak akan pernah buat orang menderita, tidak akan pernah buat orang sengsara. Jadi, pengorbanan atas dasar cinta sekalipun bagi orang yang bagi orang lain ya itu mungkin menyengsarakan kelihatannya kok nggak enak kok mendukakan tapi kalau orang tadi lakukan dengan cinta maka pengorbanannya yang tadi nggak akan dia pikir itu jadi sengsara contoh lah contoh biar kita cepat langsung lah. pengorbanan seorang ibu begitu banyak pengorbanan dia tapi apakah ibu tadi sengsara karena anak tidak jadi ada satu orang buat video menarik. Dia buat video ada satu perusahaan buka lowongan kerja. Jadi HRB, biasa Human Resource Development itu dia buka lowongan, dia panggil interview orang. Pekerjaannya ini. Pekerjaannya adalah seperti ini. Kau harus bekerja 24 jam kali 7 hari. Tidak ada cuti, tidak ada libur, enggak boleh izin kerja, ketika sakit pun harus tetap bekerja, bekerjanya 24 jam, dan yang tanya, ada istirahat? Tidak ada istirahat? Kemudian orang-orang tadi bertanya ini kerjaan bagaimana? Siapa? Apa yang ada yang mau? ARB tadi bilang, banyak yang mau kerjaan ini orang, banyak yang bekerja seperti ini. Gajinya berapa? Katanya gajinya nggak ada. Bercanda kawat. Yang benar aja. Udah bekerja nonstop, nggak ada istirahat, enggak ada cuti, nggak ada izin. Sakit pun harus tetap bekerja. Siapa yang mau seperti itu? Si orang tadi jawab ada. Dan itu adalah seorang ibu yang demi anaknya dia tanpa istirahat, membesarkan pendidik anaknya dari bayi, nangis-nangis, semuanya. Tidak ada liburnya seorang ibu itu mendidik anaknya. Terus-terusan. Nah, orang-orang baru sadar. Oh, maksudnya itu video dibuat pada hari ibu cukup. Karena apa? Pengorbanan tadi dilakukan, tidak ada imbalan baliknya, gajinya pun nol. Ada nggak bayi kasih gaji ke ibunya? Tidak ada. Tapi ibu tadi melakukannya dan dengan senang, dengan bahagia karena apa cinta. Demikian pula cintanya orang sikh terhadap ibu. Dia orang mungkin bilang Allah waktu habis, tenaga pikiran bangun pagi, sore, revas ini segala macam kayaknya menyengsarakan. Tapi bagi seorang sikh ini pengorbanan yang atas dasar cinta justru membuat bahagia. Sukhi so, kah ya sesuatu dan jangan diragukan lagi Guruji bilang sesa mulai nahe serpertasi orang tadi akan selalu terselamatkan guru selalu bersamanya angge sangge dekat dengannya dan menyelamatkan guru memberikan rahmat berupa nam amrit harka nam Dewa Dikya sebab apa calon satu berpaye Orang tadi selalu hidup sesuai dengan nasihat Guruji, selalu dengan kehendak Guruji, selalu dengan kemauannya Guruji apa itu dia. Dia tidak pernah mengemis kemana-mana untuk memperoleh rahmat berkat. Oh ini orang suci, oh ini pohon yang keramat, oh ini kuburan, ini itu, minta itu, dia enggak kira -kira. Dia tidak akan mengemis kemana-mana, karena apa? Dia tahu Deta data data ikhlas. Sabukoh Dewan, pemberi itu hanya ada satu, yang memberikan untuk semua. Sehingga kalau pemberinya satu, apa yang kita minta selain daripada yang satu, itu adalah satu kebodohan, kegoblokan. Kalau orang udah tahu nih, data data yang kasih semua rahmat Tuhan hanya satu. Siapa Tuhan? kita minta selain daripada Tuhan itu namanya ke goblokan, kebodohan. Jaku mehel hadur dujana wekes. Jika orang sudah tahu yang ini, dia di dalam dirinya ini bersemayam mukal turut dulu, dia maka tidak akan sujud di sembarangan tempat. Orang kadang-kadang ini bilang, ini sandalnya sangka ini dulu sujud ya. Ini dulu tempat tidurnya orang suci ini sujud di situ. Oh ini meriah ini di sini ini sujud di situ udah enggak lagi. Sekarang dia sujudnya hanya di mana di hadapan guru Grand Saji. di hadapan guru Mahataji. Dan guruji bilang mengenai hukum nama hari ini satu hal lain yang perlu kita pahami adalah selalu ikut dengan kehendaknya dan selalu menganggap apa yang dia lakukan itu adalah baik Sebab apa Tuhan itu adalah Maha Bijaksana. Melakukan sesuatu, dia tidak perlu tanya ke siapa-siapa. Jisenahi duja metek. Kita melakukan sesuatu, kita harus tanya kemana-mana. Benar nggak ini bagus, nggak ini baik, gak ini bermanfaat, gak ini. Kalau Tuhan nggak, perlu. Sehingga bagi seorang hamba suci Tuhan mengikuti setiap kehendak Tuhan itu adalah satu hal yang diajarkan Tuhan sebab Tuhan itu. Salah? ada kesalahan saya mohon dimaafkan Rohi di confess Rohi di di